ਬਾਈਕ ਅਤੇ ਐਕਟਿਵਾ 'ਚ ਭਿਆਨਕ ਟੱਕਰ ਹੋਈ ਹੈ। ਟੱਕਰ ਇੰਨੀ ਜ਼ੋਰਦਾਰ ਸੀ ਕਿ ਐਕਟਿਵਾ ਸਵਾਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਤੁਹਾਨੂੰ ਦੱਸ ਦਈਏ ਕਿ ਐਕਟਿਵਾ ਸਵਾਰ ਬਾਜ਼ਾਰ 'ਚੋਂ ਲੰਘ ਰਿਹਾ ਸੀ ਅਤੇ ਇੰਨੇ ਦੇਰ ਨੂੰ ਹੀ ਇੱਕ ਤੇਜ਼ ਰਫ਼ਤਾਰ 'ਚ ਬਾਈਕ ਆਉਂਦੀ ਹੈ ਜਿਸ ਦੇ ਨਾਲ ਉਸਦੀ ਐਕਟਿਵਾ ਦੀ ਟੱਕਰ ਹੋ ਜਾਂਦੀ ਹੈ ਅਤੇ ਟੱਕਰ ਇੰਨੀ ਜ਼ੋਰਦਾਰ ਸੀ ਕਿ ਐਕਟਿਵਾ ਸਵਾਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਤਾਂ ਖਬਰ ਫਰੀਦਕੋਟ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਵੱਡਾ ਹਾਦਸਾ ਵਾਪਰਿਆ ਹੈ। ਮੌਕੇ 'ਤੇ ਹੀ ਐਕਟਿਵਾ ਸਵਾਰ ਦੀ ਮੌਤ ਹੋਈ ਹੈ। ਬਾਈਕ ਅਤੇ ਐਕਟਿਵਾ 'ਚ ਭਿਆਨਕ ਟੱਕਰ ਹੋਈ ਹੈ ਜਿਸ ਤੋਂ ਬਾਅਦ ਇਹ ਵੱਡਾ ਜੋ ਹਾਦਸਾ ਹੈ ਉਹ ਵਾਪਰਿਆ। ਪਰਿਵਾਰ ਦੇ ਜੀਆਂ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ। ਸਥਾਨਕ ਲੋਕਾਂ ਦੇ ਮੁਤਾਬਕ ਜੋ ਐਕਟਿਵਾ ਸਵਾਰ ਵਿਅਕਤੀ ਸੀ ਉਹ ਗਊਸ਼ਾਲਾ ਤੋਂ ਘਰ ਨੂੰ ਜਾ ਰਿਹਾ ਸੀ ਅਤੇ ਇੱਕ ਤੇਜ਼ ਰਫ਼ਤਾਰ 'ਚ ਆ ਰਹੀ ਬਾਈਕ ਦੇ ਨਾਲ ਉਸਦੀ ਐਕਟਿਵਾ ਦੀ ਟੱਕਰ ਹੁੰਦੀ ਹੈ। ਮੌਕੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਸ 'ਚ ਦੇਖਿਆ ਜਾ ਸਕਦਾ ਹੈ ਕਿ ਦੋਨੋਂ ਵਾਹਨ ਐਕਟਿਵਾ ਅਤੇ ਬਾਈਕ ਬੁਰੀ ਤਰ੍ਹਾਂ ਨੁਕਸਾਨੇ ਗਏ ਨੇ ਹਾਦਸੇ ਦੇ ਕਾਰਨ। ਸਥਾਨਕ ਲੋਕਾਂ ਦੇ ਮੁਤਾਬਕ ਦੋਨਾਂ ਵਾਹਨਾਂ ਦੀ ਟੱਕਰ ਇੰਨੀ ਜ਼ੋਰਦਾਰ ਹੋਈ ਕਿ ਜਿਸ ਤੋਂ ਬਾਅਦ ਮੌਕੇ 'ਤੇ ਹੀ ਚੀਕ ਚਿਹਾੜਾ ਮੱਚ ਗਿਆ ਅਤੇ ਆਸੇ ਪਾਸੇ ਦੇ ਲੋਕ ਵੀ ਉੱਥੇ ਇਕੱਠਾ ਹੋ ਗਏ ਅਤੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ। ਪਰ ਉੱਥੋਂ ਪਹਿਲਾਂ ਹੀ ਜੋ ਐਕਟਿਵਾ ਸਵਾਰ ਸੀ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ। ਤਾਂ ਖਬਰ ਫਰੀਦਕੋਟ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਐਕਟਿਵਾ ਅਤੇ ਬਾਈਕ ਦੇ ਵਿਚਾਲੇ ਭਿਆਨਕ ਟੱਕਰ ਹੋਈ ਹੈ ਅਤੇ ਹਾਦਸੇ ਦੇ ਦੌਰਾਨ ਇੱਕ ਸ਼ਖਸ ਦੀ ਮੌਤ ਹੋਈ ਹੈ। ਇਹ ਇੱਥੇ ਇੱਕ ਮੇਨ ਚੌਂਕ ਹੈ ਜੀ, ਸੇਠੀ ਡੈਰੀ ਚੌਂਕ ਵੱਜਦਾ ਇੱਥੇ। ਇੱਥੇ ਚਾਰ ਸੜਕਾਂ ਲੱਗਦੀਆਂ, ਚੌਂਕ ਟਾਈਪ ਬਣਦਾ, ਟ੍ਰੈਫਿਕ ਬਹੁਤ ਜ਼ਿਆਦਾ ਹੈਗਾ। ਕਾਰਨ ਉਹਦਾ ਇਹ ਹੈ ਵੀ ਦੋ ਪੁਲ ਬਣ ਜਾ ਰਹੇ ਅਲੱਗ ਅਲੱਗ ਸ਼ਹਿਰ ਥਾਵਾਂ 'ਤੇ, ਇਸ ਕਰਕੇ ਟ੍ਰੈਫਿਕ ਦੀ ਸਮੱਸਿਆ ਬਹੁਤ ਜ਼ਬਰਦਸਤ ਇੱਥੇ ਹੋਈ ਹੋਈ ਹੈ। ਇਹ ਇੱਕ ਆਦਮੀ ਇਹਨਾਂ ਦੇ ਵਿੱਚੋਂ ਗਊਸ਼ਾਲਾ ਤੋਂ ਦੁੱਧ ਲੈ ਕੇ ਗਊਆਂ ਦੀ ਸੇਵਾ ਕਰਕੇ ਆ ਰਿਹਾ ਸੀ। ਇੱਕ ਆਦਮੀ ਸ਼ਹਿਰ ਤੋਂ ਕਿਸੇ ਪਿੰਡ ਵੱਲ ਨੂੰ ਜਾ ਰਿਹਾ ਸੀ। ਬੜੀ ਜ਼ਬਰਦਸਤ ਇਹਨਾਂ ਦੀ ਟੱਕਰ ਹੋਈ ਹੈ। ਖੜਕਾ ਬਹੁਤ ਜ਼ਿਆਦਾ ਤੇਜ਼ ਸੀ। ਦੋਨਾਂ ਨੂੰ ਹਸਪਤਾਲ ਪਹੁੰਚਾਇਆ ਗਿਆ, ਪਰ ਦੇਖੋ ਪਰ ਹੈ ਮੁਸ਼ਕਲ ਕਿਉਂਕਿ ਦੋਨਾਂ ਦੀ ਹੈੱਡ ਇੰਜਰੀ ਸਾਨੂੰ ਮਹਿਸੂਸ ਹੋ ਰਹੀ ਹੈ। ਇਹ ਬਹੁਤ ਖਤਰਨਾਕ ਮੋੜ ਹੈ ਇੱਥੇ। ਇੱਥੇ ਪ੍ਰਸ਼ਾਸਨ ਨੂੰ ਤੁਰੰਤ ਧਿਆਨ ਦੇਣ ਦੀ ਲੋੜ ਹੈ। ਤੁਰੰਤ ਇੱਥੇ ਟ੍ਰੈਫਿਕ ਕਰਮਚਾਰੀ ਕੁਛ ਹੋਰ ਸਹੂਲਤ ਇੱਥੇ ਮੁਹੱਈਆ ਕਰਨੀ ਚਾਹੀਦੀ ਹੈ। ਇੱਕ ਤਾਂ ਲੋਕਲ ਨੇ ਜੀ ਇੱਥੋਂ ਦੇ, ਜੈਨ ਮਿਸਟਰ ਜੈਨ ਨੇ, ਕੋਈ ਦੂਜੀ ਦਾ ਨਹੀਂ ਇੱਥੇ ਪਤਾ ਨਹੀਂ ਲੱਗ ਸਕਿਆ ਜੀ। ਇਹ ਜੀ ਇੱਥੋਂ ਸ਼ਹਿਰ ਦੇ ਇੱਕ ਨਿਵਾਸੀ ਸੀਗੇ ਜੀ ਜੈਨ ਸਾਹਿਬ। ਇੱਧਰੋਂ ਗਊਸ਼ਾਲਾ ਪੰਚਵੱਡੀ 'ਚੋਂ ਗਊਆਂ ਨੂੰ ਪੱਠੇ ਪਾ ਕੇ ਦੁੱਧ ਲੈ ਕੇ ਆ ਰਹੇ ਸੀ। ਉੱਧਰੋਂ ਚਹਿਲ ਰੋਡ ਕੋਲੋਂ ਇੱਕ ਮੋਟਰਸਾਈਕਲ ਬੜੀ ਤੇਜ਼ ਸਪੀਡ 'ਤੇ ਆ ਰਿਹਾ ਸੀ ਰੋਂਗ ਸਾਈਡ। ਉਹਨਾਂ ਦੋਵਾਂ ਦੀ ਆਪਸ 'ਚ ਟੱਕਰ 'ਚ ਇਹ ਹਾਦਸਾ ਹੋਇਆ ਜੀ, ਜੋ ਕਿ ਬਹੁਤ ਦਰਦਨਾਕ ਸੀਗਾ। ਮੈਨੂੰ ਲੱਗਦਾ ਵੀ ਕੈਦ ਇੱਕ ਅੱਧੀ ਜਾਨ ਵੀ ਚਲੀ ਗਈ। ਅਤੇ ਜਿਹੜਾ ਤੁਸੀਂ ਬਾਈਕ ਸਵਾਰ ਸੀਗਾ ਉਹਨੂੰ ਹੁਣੇ ਹੁਣੇ ਐਂਬੂਲੈਂਸ ਵਾਲੇ ਹੋਸਪਿਟਲ ਲੈ ਗਏ ਜੀ, ਗੁਰੂ ਗੋਬਿੰਦ ਸਿੰਘ ਮੈਡੀਕਲ, ਉਹ ਵੀ ਕਾਫੀ ਇੰਜਰਡ। ਬਾਈਕ ਅਤੇ ਐਕਟਿਵਾ 'ਚ ਭਿਆਨਕ ਟੱਕਰ ਹੋਈ ਹੈ। ਟੱਕਰ ਇੰਨੀ ਜ਼ੋਰਦਾਰ ਸੀ ਕਿ ਐਕਟਿਵਾ ਸਵਾਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਤੁਹਾਨੂੰ ਦੱਸ ਦਈਏ ਕਿ ਐਕਟਿਵਾ ਸਵਾਰ ਬਾਜ਼ਾਰ 'ਚੋਂ ਲੰਘ ਰਿਹਾ ਸੀ ਅਤੇ ਇੰਨੇ ਦੇਰ ਨੂੰ ਹੀ ਇੱਕ ਤੇਜ਼ ਰਫ਼ਤਾਰ 'ਚ ਬਾਈਕ ਆਉਂਦੀ ਹੈ ਜਿਸ ਦੇ ਨਾਲ ਉਸਦੀ ਐਕਟਿਵਾ ਦੀ ਟੱਕਰ ਹੋ ਜਾਂਦੀ ਹੈ ਅਤੇ ਟੱਕਰ ਇੰਨੀ ਜ਼ੋਰਦਾਰ ਸੀ ਕਿ ਐਕਟਿਵਾ ਸਵਾਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਤਾਂ ਖਬਰ ਫਰੀਦਕੋਟ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਵੱਡਾ ਹਾਦਸਾ ਵਾਪਰਿਆ ਹੈ। ਮੌਕੇ 'ਤੇ ਹੀ ਐਕਟਿਵਾ ਸਵਾਰ ਦੀ ਮੌਤ ਹੋਈ ਹੈ। ਬਾਈਕ ਅਤੇ ਐਕਟਿਵਾ 'ਚ ਭਿਆਨਕ ਟੱਕਰ ਹੋਈ ਹੈ ਜਿਸ ਤੋਂ ਬਾਅਦ ਇਹ ਵੱਡਾ ਜੋ ਹਾਦਸਾ ਉਹ ਵਾਪਰਿਆ। ਪਰਿਵਾਰ ਦੇ ਜੀਆਂ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ। ਸਥਾਨਕ ਲੋਕਾਂ ਦੇ ਮੁਤਾਬਕ ਜੋ ਐਕਟਿਵਾ ਸਵਾਰ ਵਿਅਕਤੀ ਸੀ ਉਹ ਗਊਸ਼ਾਲਾ ਤੋਂ ਘਰ ਨੂੰ ਜਾ ਰਿਹਾ ਸੀ ਅਤੇ ਇੱਕ ਤੇਜ਼ ਰਫ਼ਤਾਰ 'ਚ ਆ ਰਹੀ ਬਾਈਕ ਦੇ ਨਾਲ ਉਸਦੀ ਐਕਟਿਵਾ ਦੀ ਟੱਕਰ ਹੁੰਦੀ ਹੈ। ਮੌਕੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਸ 'ਚ ਦੇਖਿਆ ਜਾ ਸਕਦਾ ਹੈ ਕਿ ਦੋਨੋਂ ਵਾਹਨ ਐਕਟਿਵਾ ਅਤੇ ਬਾਈਕ ਬੁਰੀ ਤਰ੍ਹਾਂ ਨੁਕਸਾਨੇ ਗਏ ਨੇ ਹਾਦਸੇ ਦੇ ਕਾਰਨ। ਸਥਾਨਕ ਲੋਕਾਂ ਦੇ ਮੁਤਾਬਕ ਦੋਨਾਂ ਵਾਹਨਾਂ ਦੀ ਟੱਕਰ ਇੰਨੀ ਜ਼ੋਰਦਾਰ ਹੋਈ ਕਿ ਜਿਸ ਤੋਂ ਬਾਅਦ ਮੌਕੇ 'ਤੇ ਹੀ ਚੀਕ ਚਿਹਾੜਾ ਮੱਚ ਗਿਆ ਅਤੇ ਆਸੇ ਪਾਸੇ ਦੇ ਲੋਕ ਵੀ ਉੱਥੇ ਇਕੱਠਾ ਹੋ ਗਏ ਅਤੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ। ਪਰ ਉੱਥੋਂ ਪਹਿਲਾਂ ਹੀ ਜੋ ਐਕਟਿਵਾ ਸਵਾਰ ਸੀ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ। ਤਾਂ ਖਬਰ ਫਰੀਦਕੋਟ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਐਕਟਿਵਾ ਅਤੇ ਬਾਈਕ ਦੇ ਵਿਚਾਲੇ ਭਿਆਨਕ ਟੱਕਰ ਹੋਈ ਹੈ ਅਤੇ ਹਾਦਸੇ ਦੇ ਦੌਰਾਨ ਇੱਕ ਸ਼ਖਸ ਦੀ ਮੌਤ ਹੋਈ ਹੈ। ਇਹ ਇੱਥੇ ਇੱਕ ਮੇਨ ਚੌਂਕ ਹੈ ਜੀ, ਸੇਠੀ ਡੈਰੀ ਚੌਂਕ ਵੱਜਦਾ ਇੱਥੇ। ਇੱਥੇ ਚਾਰ ਸੜਕਾਂ ਲੱਗਦੀਆਂ, ਚੌਂਕ ਟਾਈਪ ਬਣਦਾ, ਟ੍ਰੈਫਿਕ ਬਹੁਤ ਜ਼ਿਆਦਾ ਹੈਗਾ। ਕਾਰਨ ਉਹਦਾ ਇਹ ਹੈ ਵੀ ਦੋ ਪੁਲ ਬਣ ਜਾ ਰਹੇ ਅਲੱਗ ਅਲੱਗ ਸ਼ਹਿਰ ਥਾਵਾਂ 'ਤੇ, ਇਸ ਕਰਕੇ ਟ੍ਰੈਫਿਕ ਦੀ ਸਮੱਸਿਆ ਬਹੁਤ ਜ਼ਬਰਦਸਤ ਇੱਥੇ ਹੋਈ ਹੋਈ ਹੈ। ਇਹ ਇੱਕ ਆਦਮੀ ਇਹਨਾਂ ਦੇ ਵਿੱਚੋਂ ਗਊਸ਼ਾਲਾ ਤੋਂ ਦੁੱਧ ਲੈ ਕੇ ਗਊਆਂ ਦੀ ਸੇਵਾ ਕਰਕੇ ਆ ਰਿਹਾ ਸੀ। ਇੱਕ ਆਦਮੀ ਸ਼ਹਿਰ ਤੋਂ ਕਿਸੇ ਪਿੰਡ ਵੱਲ ਨੂੰ ਜਾ ਰਿਹਾ ਸੀ। ਬੜੀ ਜ਼ਬਰਦਸਤ ਇਹਨਾਂ ਦੀ ਟੱਕਰ ਹੋਈ ਹੈ। ਖੜਕਾ ਬਹੁਤ ਜ਼ਿਆਦਾ ਤੇਜ਼ ਸੀ। ਦੋਨਾਂ ਨੂੰ ਹਸਪਤਾਲ ਪਹੁੰਚਾਇਆ ਗਿਆ, ਪਰ ਦੇਖੋ ਪਰ ਹੈ ਮੁਸ਼ਕਲ ਕਿਉਂਕਿ ਦੋਨਾਂ ਦੀ ਹੈੱਡ ਇੰਜਰੀ ਸਾਨੂੰ ਮਹਿਸੂਸ ਹੋ ਰਹੀ ਹੈ। ਇਹ ਬਹੁਤ ਖਤਰਨਾਕ ਮੋੜ ਹੈ ਇੱਥੇ। ਇੱਥੇ ਪ੍ਰਸ਼ਾਸਨ ਨੂੰ ਤੁਰੰਤ ਧਿਆਨ ਦੇਣ ਦੀ ਲੋੜ ਹੈ। ਤੁਰੰਤ ਇੱਥੇ ਟ੍ਰੈਫਿਕ ਕਰਮਚਾਰੀ ਕੁਛ ਹੋਰ ਸਹੂਲਤ ਇੱਥੇ ਮੁਹੱਈਆ ਕਰਨੀ ਚਾਹੀਦੀ ਹੈ।
गौशाला पंचवटी चो गवां नूं पट्ठे पा के दुध लैके आ रहे सी। उधरों चहल रोड खुले तो मोटरसाइकिल बड़ी तेज स्पीड ते आ रहा सी रोंग साइड। उन्हां दोवां दी आपस टक्कर च इह हादसा होया जी, जो कि बहुत दर्दनाक सीगा। मैनूं लगदा वी ਕਾਹ ਦੇ ਕੱਢੀ ਜਾਣ ਵੀ ਚਲੀ ਗਈ। ਤੇ ਜਿਹੜਾ ਤੁਸੀਂ ਬਾਈਕ ਸਵਾਰ ਸੀਗਾ ਉਹ ਹੁਣੇ ਐਂਬੂਲੈਂਸ ਵਾਲੇ ਹਸਪੀਟਲ ਲੈ ਗਏ ਜੀ ਗੁਰੂ ਗੋਬਿੰਦ ਸਿੰਘ ਮੈਡੀਕਲ। ਉਹ ਵੀ ਟ੍ਰੈਫਿਕ ਇੰਜਰਡ।